ਨਰੇਂਦਰ ਮੋਦੀ ਦੇ ਸ਼ਹਿਰ ਗੁਜਰਾਤ ਤੋਂ ਆਈ ਦਿਲ ਦਹਿਲਾਉਣ ਵਾਲੀ ਖਬਰ ਅਹਮਦਾਬਾਦ ਵਿੱਚ ਇੱਕ ਔਰਤ ਨਾਲ ਉਸਦੇ ਹੀ ਪਤੀ ਅਤੇ ਸਾਸੂ ਤੇ ਮਾਰਕੁੱਟ ਕਰਨ ਦੇ ਦੋਸ਼ ਲੱਗੇ ਨੇ ਵੀਡੀਓ ਵਿੱਚ ਤੁਸੀਂ ਸਾਫ਼-ਸਾਫ਼ ਦੇਖ ਸਕਦੇ ਹੋ ਕਿ ਮਹਿਲਾ ਦੇ ਪਤੀ ਵੱਲੋਂ ਪੀੜਤ ਮਹਿਲਾ ਨੂੰ ਕਿੰਨੀ ਬੇਰਹਿਮੀ ਨਾਲ ਕੁੱਟਿਆ ਜਾ ਰਿਹਾ ਹੈ ਉਸਦੇ ਪਤੀ ਦੀ ਇਸ ਘਟੀਆ ਹਰਕਤ ਵਿੱਚ ਪੀੜਤਾ ਦੀ ਸੱਸ ਵੀ ਅਹਿਮ ਰੋਲ ਨਿਭਾ ਰਹੀ ਹੈ ਇਸ ਸ਼ਖਸ ਨੂੰ ਕੋਲ ਖੜੇ ਆਪਣੇ 4 ਸਾਲਾ ਮਾਸੂਮ ਬੱਚੇ ਤੇ ਵੀ ਤਰਸ ਨਹੀਂ ਆਇਆ ਜੋ ਚੀਕਾਂ ਮਾਰ-ਮਾਰ ਕੇ ਆਪਣੀ ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਬੱਚਾ ਆਪਣੀ ਮਾਂ ਨੂੰ ਬਖਸ਼ਣ ਦੀ ਗੁਹਾਰ ਲਗਾ ਰਿਹਾ ਹੈ ਦੁੱਖ ਦੀ ਗੱਲ ਤਾਂ ਇਹ ਹੈ ਕਿ ਇਸ ਮਹਿਲਾ ਨੂੰ ਇਨਸਾਫ ਦਿਵਾਉਣ ਲਈ ਕੋਈ ਵੀ ਅੱਗੇ ਨਹੀਂ ਆਇਆ ਪੀੜਿਤ ਮਹਿਲਾ ਨੇ ਇਸ ਦੀ ਸ਼ਿਕਾਇਤ ਤਿੰਨ ਵਾਰ ਮਹਿਲਾ ਥਾਣੇ ਵਿੱਚ ਕੀਤੀ ਪਰ ਕਾਰਵਾਈ ਕੁਝ ਵੀ ਨਹੀਂ ਹੋਈ ਇੱਥੇ ਤੁਹਾਨੂੰ ਦੱਸ ਦੇ ਕਿ ਇਹ ਜ਼ਾਲਿਮ ਪਤੀ ਆਪਣੇ ਹੀ ਪਤਨੀ ਨੂੰ ਕਿਸੇ ਹੋਰ ਸ਼ਖਸ ਨਾਲ ਨਜਾਇਜ਼ ਸੰਬੰਧ ਬਣਾਉਣ ਲਈ ਦਬਾਅ ਪਾਉਂਦਾ ਸੀ ਜਿਸ ਦਾ ਵਿਰੋਧ ਕਰਨ ਦਾ ਨਤੀਜਾ ਤੁਹਾਡੇ ਸਾਹਮਣੇ ਹੈ ਇਹ ਹਾਲ ਹੈ ਗੁਜਰਾਤ ਦਾ ਫਿਲਹਾਲ ਸੀਸੀਟੀਵੀ ਕੈਮਰੇ ਵਿੱਚ ਫੂਟੇਜ ਕੈਦ ਹੋਣ ਕਰਕੇ ਪੀੜਤ ਮਹਿਲਾ ਦਾ ਪਤੀ ਅਤੇ ਸੱਸ ਘਰ ਤੋਂ ਫਰਾਰ ਹਨ